ਨਮਸਕਾਰ ਖਬਰਾਂ ਤੋਂ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਹੁੰਦਕੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਲੰਪਿਕ ਵਿੱਚ ਮੈਡਲ ਜੇਤੂ ਭਾਰਤੀ ਖਿਡਾਰੀਆਂ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਉਹਨਾਂ ਖਿਡਾਰੀਆਂ ਨੂੰ ਸ਼ਾਨਦਰ ਜੇਤਲੀ ਵਧਾਈ ਦਿੱਤੀ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਉਹਨਾਂ ਨੂੰ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ। ਮੁਲਾਕਾਤ ਮਗਰੋਂ ਆਪਣੀ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਅੱਜ ਮੈਡਲ ਜਿੱਤਣ ਵਾਲੀ ਸਾਰੀ ਖਿਡਾਰੀਆਂ ਦੀ ਲੋਕਾਂ ਵਿੱਚ ਚੰਗੀ ਪਛਾਣ ਹੈ ਜੋ ਉਹਨਾਂ ਦੀ ਮਿਹਨਤ ਦਾ ਸਦਕਾ ਹੈ। ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਸਾਰੇ ਹੀ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਨੇ ਅਤੇ ਵੱਡੀਆਂ ਤਬਦੀ ਨੇ ਕਿਹਾ ਕਿ ਸਵਾਸਿਓ ਹਮੇਸ਼ਾ ਉਹਨਾਂ ਦੇ ਨਾਲ ਨੇ ਉਪ ਰਾਸ਼ਟਰਪਤੀ ਐਮ ਬੈਂਕাইয়া ਨਾਇਡੂ ਨੇ ਕਿਹਾ ਕਿ ਭਾਰਤ ਨੇ ਵਿਗਿਆਨੀਆਂ ਤੇ ਡਾਕਟਰੀ পেশਾ ਨਾਲ ਜੁੜੇ ਲੋਕਾਂ ਦੀ ਮਦਦ ਨਾਲ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਿਹਤਰ ਕਾਮਯਾਬੀ ਹਾਸਲ ਕੀਤੀ। ਚੇਨਈ ਵਿੱਚ ਹਿੰਦੁਸਤਾਨ ਚੈਂਬਰ ਆਫ ਕਮਰਸ ਦੇ ਪਲੈਟਿਨਮ ਜੁਬਲੀ ਸਮਾਰਕ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਾਸੀਆਂ ਦੀ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਲਈ ਡਾਕਟਰੀ ਭਾਈਚਾਰੇ ਤੇ ਸਵਦੇਸ਼ੀ ਸਿੱਕਾ ਵਿਕਸਿਤ ਕਰਨ ਲਈ ਸਾਨੂੰ ਵਿਗਿਆਨੀਆਂ ਤੇ ਮਾਣੇ। ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਜਲਦਤ ਜਲਦ ਕਰੋਨਾ ਟੀਕੇ ਲਗਾਉਣ ਦੀ ਅਪੀਲ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਰਤੋਂ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਚੁਣਿਆ ਗਿਆ ਹੈ ਇਹ ਅੱਜ ਪਾਰਟੀ ਦੀ ਕੌਮੀ ਕਾਰਜਕਾਰੀ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕੇਜਰੀਵਾਲ ਲਗਾਤਾਰ ਤੀਜੀ ਵਾਰ ਆਪ ਦੇ ਕਨਵੀਨਰ ਚੁਣੇ ਗਏ ਨੇ ਇਸੇ ਤਰ੍ਹਾਂ ਪੰਕਜ ਗੁਪਤਾ ਨੂੰ ਵੀ ਆਪ ਦੇ ਕੌਮੀ ਸਕੱਤਰ ਵਜੋਂ ਮੁੜ ਚੁਣ ਲਿਆ ਗਿਆ ਹੈ ਪੰਕਜ ਗੁਪਤਾ ਵੀ ਤੀਜੀ ਵਾਰੀ ਸੌਦੇ ਲਈ ਚੁਣੇ ਗਏ ਨਹੀਂ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸੰਵਿਧਾਨ ਵਿੱਚ ਹਾਲ ਹੀ ਵਿੱਚ ਕੀਤੀ ਸੋਧ ਮਗਰੋਂ ਲੀਡਰਾਂ ਦੇ ਇੱਕੋ ਹੀ ਅਹੁਦੇ ਤੇ ਲਗਾਤਾਰ ਤੀਜੀ ਵਾਰ ਚੁਣੇ ਜਾਣ ਦਾ ਰਾਹ ਪੱਧਰਾ ਹੋਇਆ ਹੈ ਇਸ ਸਾਲ ਜਨਵਰੀ ਮਹੀਨੇ ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕੀਤੀ ਗਈ ਸੀ ਸੋਧ ਅਨੁਸਾਰ ਪਾਰਟੀ ਦੇ ਅਹੁਦੇਦਾਰਾਂ ਦੀ ਮਿਆਦ ਵੀ 3 ਸਾਲ ਤੋਂ ਵਧਾ ਕੇ 5 ਸਾਲ ਕੀਤੀ ਗਈ ਸੀ 1965 ਦੀ ਭਾਰਤ-ਪਾਕ ਜੰਗ ਦੌਰਾਨ ਫਲੋਰਾ ਸੈਕਟਰ ਦੀ ਲੜਾਈ ਦੀ ਛਪੰਝਵੀਂ ਬਰੇਗਨ ਅੱਜ ਲੁਧਿਆਣਾ ਵਿੱਚ 4 ਹਾਰਸ ਰੈਜੀਮੈਂਟ ਵੱਲੋਂ ਬੜੇ ਉਤਸ਼ਾਹ ਨਾਲ ਮਨਾਇ ਗਈ। ਇਸ ਮੌਕੇ ਕੈਪਟਨ ਸਿਧਾਰਥ ਸਿੰਘ ਦੀ ਅਗਵਾਈ ਵਿੱਚ ਸੈਨਾ ਦੀ ਵਿਸ਼ੇਸ਼ ਟੁਕੜੀ ਨੇ ਇਸਲਾਮੀ ਦਿੱਤੀ ਰੈਜੀਮੈਂਟ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਫੌਜੀਆ ਨੇ ਵੀ ਸ਼ਰਧਾ ਸੁੰਮਨ ਦੇ ਫੁੱਲ ਪੇਟ ਕੀਤੇ। ਇਸ ਦਿਕਯੋ ਕੇ ਕਿ 1965 ਦੀ ਭਾਰਤ-ਪਾਕ ਜੰਗ ਦੌਰਾਨ ਮੇਜਰ ਭੁਪਿੰਦਰ ਸਿੰਘ ਨੇ ਪਾਕਿਸਤਾਨ ਦੀ ਫੌਜ ਦੇ ਟੈਂਕਾਂ ਤੇ ਹੋਰ ਅਸਲੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਤੇ ਆਖਰੀ ਦਮ ਤੱਕ ਲੜਦੇ ਹੋਏ ਉਹ ਸ਼ਹੀਦ ਹੋ ਗ ਮੇਜਰ ਭਪਿੰਦਰ ਸਿੰਘ ਨੂੰ ਨਦੀ ਬਹਾਦਰੀ ਸਦਕਾ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜੀ ਜੰਗ ਦੇ 21 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੋਏ 1897 ਵਿੱਚ 10,000 ਤੋਂ ਵੱਧ ਪਠਾਨਾਂ ਦਾ ਸਾਹਮਣਾ ਕਰਦੇ ਹੋਏ ਉਸ ਸਮੇਂ ਦੀ 36 ਸਿੱਖ ਰੈਜੀਮੈਂਟ ਜੋ ਹੁਣ 4 ਸਿੱਖ ਰੈਜੀਮੈਂਟ ਨਾ ਜਾਣੀ ਜਾਂਦੀ ਹੈ ਇਸ ਦੇ 21 ਫੌਜੀਆ ਨੇ ਆਤਮ ਸਮਰਪਣ ਕਰਨ ਦੀ ਬਜਾਏ ਸ਼ਹਾਦਤ ਦਾ ਰਸਤਾ ਅਪਣਾਇਆ ਸੀ ਸਾਰਾਗੜੀ ਦੀ ਜੰਗ ਦੀ ਇਸ ਤੇ ਫੌਜੀ ਇਤਿਹਾਸ ਵਿੱਚ ਇੱਕ ਖਾਸ ਥਾਂ ਰੱਖਦੀ ਹੈ ਜੋ ਸਿੱਖ ਫੌਜੀਆ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਦਰਸਾਉਂਦੀ ਹੈ ਸਾਰਾਗੜੀ ਚਾਂਗ ਤੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸਥਿਤ ਗੁਰਦੁਆਰਾ ਸਾਰਾਗੜੀ ਸੈਵ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼ੂਰੀਆ ਖਾਨ ਪਰ ਸਾਹਿਬ ਜੀ ਦੇ ਭੋਗ ਪਾਈ ਗਏ ਅਤੇ ਸਤਿ ਸ਼ਕਨ ਸ਼੍ਰੀ ਹਰਮੰਦ ਸਾਹਿਬ ਦੇ ਹਜ਼ੂਰੀ ਰਾਗੀ ਪਾਈ ਹਰਪਿੰਦਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸਤਿ ਸ਼ਕਨ ਸ਼੍ਰੀ ਹਰਮੰਦ ਸਾਹਿਬ ਦੇ ਵਿਦਿਖ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸਾਰਾਗੜੀ ਦੇ ਸ਼ਹੀਦਾਂ ਨੂੰ ਸਤਕਾਰ ਪੇਟ ਕੀਤਾ ਉਹਨਾਂ ਦਸ ਹਜ਼ਾਰ ਅਫਗਾਨਾ ਕਰਦਿਆਂ ਕਿ ਹਾਂ ਕਿ ਸਿੱਖ ਕੌਮ ਅੰਦਰ ਸ਼ਹੀਦਾਂ ਦੀ ਇੱਕ ਲੰਮੀ ਸੂਚੀ ਹੈ ਜਿਸ ਤੋਂ ਪ੍ਰੇਰਨਾ ਲੈ ਕੇ ਜੋਕੀ ਪੀੜ੍ਹੀ ਨੂੰ ਧਰਮ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਸਤਕਾਰ ਪੇਂਡ ਕਰਨ ਲਈ ਗੁਰਦੁਆਰਾ ਸਾਰਾ ਗੜੀ ਸਾਹਿਬ ਵਿਖੇ ਸਮਾਗਮ ਕੀਤਾ ਜਾਂਦਾ ਹੈ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਨੂੰ ਗੁਰਬਖਸ਼ੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਜ ਬਾਦ ਦੁਪਹਿਰ ਸ਼ੱਕੀ ਅਤਵਾਦੀਆਂ ਵੱਲੋਂ ਖਨੀਆਰ ਵਿਖੇ ਇੱਕ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਕਾਂਸਟੇਬਲ ਸ਼ਹੀਦ ਹੋ ਗਿਆ ਸਰਕਾਰੀ ਸੂਤਰਾਂ ਮੁਤਾਬਕ ਅਨੁਸਾਰ ਮ੍ਰਿਤਕ ਪੁਲਿਸ ਕਰਮੀ ਦੀ ਪਛਾਣ ਅਰਸ਼ਦ ਅਹਿਮਦ ਵਜੋਂ ਹੋਈ ਹੈ ਅਹਿਮਦ ਅਰਸ਼ਦ ਅਹਿਮਦ ਨੂੰ ਹਮਲੇ ਵਿੱਚ ਜ਼ਖਮੀ ਹੋਣ ਮਗਰੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਇਸ ਹਮਲੇ ਤੋਂ ਬਾਅਦ ਬਾਦਦ ਉਸ ਰੇਖਾ ਬਲਾ ਨੂੰ ਮੌਕੇ 'ਤੇ ਭੇਜਿਆ ਗਿਆ ਤੇ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ इंग्लैंड ਦੀ ਉੱਭਰ ਰਹੀ ਟੈਨਿਸ ਖਿਡਾਰਨ ਐਮਾ ਰਾਡੂ ਕਾਨੂੰਨੇ ਮਹਿਲਾਵਾਂ ਦੇ ਸਿੰਗਲਸ ਯੂਐਸ ਓਪਨ ਟੈਨਿਸ ਵਿੱਚ ਕੈਨੇਡਾ ਦੀ ਲੇਲਾ ਫਰਨਾਂਡਿਸ ਨੂੰ ਹਰਾ ਕੇ ਯੂਐਸ ਓਪਨ ਦਾ ਕਿਤਾਬ ਆਪਣੀ ਝੋਲੀ ਵਿੱਚ ਪਾ ਲਈ। ਬੀਤੇ 53 ਸਾਲਾਂ ਵਿੱਚ ਇਹ ਕਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਏ। 18 ਵਰਿਆਂ ਦੀ ਐਮਾ ਰਾਡੂ ਕਾਨੂੰਨੇ ਬੀਤੀ ਰਾਤ ਨਿਊਯਾਰਕ ਦੇ ਆਰਥਰ ਐਸ਼ੀ ਸਟेडियमਸ ਵਿੱਚ ਹੋਏ ਸਿਖਰ ਮੁਕਾਬਲੇ ਵਿੱਚ ਆਪਣੀ ਕੈਨੇਡੀਅਨ ਵਿਰੋਧੀ ਲੇਲਾ ਫਰਨਾਂਡਿਸ ਨੂੰ 6-4 ਜੀਤ ਦਨ ਨਾਲ ਦੋ ਸਿੱਧੀ ਸੈਟਅਪ ਵਿੱਚ ਹਰਾਇਆ ਉਹ ਬੀਤੇ 44 ਵਰਿਆਂ ਵਿੱਚ ਗ੍ਰੈਂਡ ਸਲੈਮ ਸਿੰਗਲਸ ਦਾ ਕਿਤਾਬ ਜਿੱਤਣ ਵਾਲੀ ਬਰਤਾਨੀਆ ਦੀ ਪਹਿਲੀ ਮੈਲਾ ਖਿਡਾਰਣ ਬਣ ਗਈ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀਕੇ ਜਲੰਧ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਗੇ ਤੋਂ ਨਮਸਕਾਰ